ਜੇਕਰ ਤੁਸੀਂ ਵੀ ਮੋਮੋਜ਼ ਜਾਂ ਸਪਰਿੰਗ ਰੋਲ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਬਚ ਕੇ, ਤੁਹਾਡੀ ਸਿਹਤ ਨਾਲ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸਿਹਤ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਉਸ ਜਗ੍ਹਾ ਤੇ ਜਿੱਥੇ ਮੋਮੋਜ਼ ਤੇ ਸਪਰਿੰਗ ਰੋਲ ਤਿਆਰ ਕੀਤੇ ਜਾਂਦੇ ਸੀ ਤਾਂ ਸਭ ਦੇ ਹੋਸ਼ ਉੱਡ ਗਏ। ਬਠਿੰਡਾ ਦੇ ਗੁਰੂ ਨਾਨਕ ਨਗਰ ਤੇਲੀਆਂ ਵਾਲਾ ਮੁਹੱਲਾ ਦੇ ਵਿੱਚ ਇਹ ਰੇਡ ਕੀਤੀ ਗਈ ਜਿੱਥੇ ਬੜੇ ਹੀ ਗੰਦੇ ਤਰੀਕੇ ਨਾਲ ਸਪਰਿੰਗ ਰੋਲ ਅਤੇ ਮੋਮੋਜ਼ ਬਣਾ ਕੇ ਰੱਖੇ ਹੋਏ ਸੀ। ਘਰ ਦੇ ਕਮਰੇ ਦੇ ਫਰਸ਼ ਤੇ ਹੀ ਮਿੱਟੀ ਪਈ ਸੀ ਤੇ ਗੰਦਗੀ ਸੀ। ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਸਾਰਾ ਖਾਣ ਵਾਲਾ ਸਮਾਨ ਸੀਲ ਕਰਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਸੈਂਪਲ ਭਰੇ ਗਏ। ਇਸ ਮੌਕੇ ਤੇ ਮੌਜੂਦ ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬੜੇ ਗੰਦੇ ਢੰਗ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਮੋਮੋਜ਼ ਸਪਰਿੰਗ ਰੋਲ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਸੈਂਪਲ ਉਹਨਾਂ ਦੇ ਵੱਲੋਂ ਲਏ ਗਏ ਨੇ ਔਰ ਇਹਨਾਂ ਦੇ ਖਿਲਾਫ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਘਰ ਦੇ ਵਿੱਚ ਕੰਮ ਕਰ ਰਹੀ ਹੈ ਜੀ, ਫੈਮਿਲੀ ਹੈ ਜੀ, ਇਹਦਾ ਹੈੱਡ ਹੈ ਦਲਬੀਰ, ਸਨ ਆਫ ਦਿਲ ਬਹਾਦਰ ਮੁਖੀਆ ਜੀ। ਇਹ ਮੋਮੋਜ਼ ਬਣਾ ਰਹੇ ਨੇ, ਸਪਰਿੰਗ ਰੋਲ ਬਣਾ ਰਹੇ ਨੇ ਅਤੇ ਅਸੀਂ ਦੋਨੋਂ ਦਾ ਸੈਂਪਲ ਲੈ ਰਹੇ ਹਾਂ, ਨਾਲ ਅਸੀਂ ਸੋਇਆ ਗ੍ਰੈਨਿਊਲਸ ਦੇ ਸੈਂਪਲ ਹੈ ਜੋ ਰਾ ਮਟੀਰੀਅਲ ਹੈ ਇਹਨਾਂ ਦੇ ਜੀ। ਇੱਕ ਇਹ ਜਦੋਂ ਮੈਨੂਫੈਕਚਰਿੰਗ ਕਰ ਰਹੇ ਜੀ, ਇਹ ਅਨਹਾਈਜੀਨਿਕ ਕੰਡੀਸ਼ਨ 'ਚ ਕਰ ਰਹੇ ਨੇ ਜੀ, ਸਾਫ਼ ਸਫਾਈ ਨਹੀਂ ਹੈ ਇਹਨਾਂ ਦੀ, ਫਲੋਰ ਕੱਚਾ ਜੀ, ਜਾਲੇ ਲੱਗੇ ਹੋਏ ਨੇ, ਪਲਾਈ ਕੱਚ ਰਹੇ ਨੇ, ਉਹ ਅਸੀਂ ਸਾਰਾ ਰਿਕਾਰਡ 'ਚ ਲੈ ਲਿਆ ਜੀ, ਉਹਦਾ ਸੈਪਰੇਟ ਚਲਾਨ ਕੱਟਾਂਗੇ ਅਸੀਂ ਅਤੇ ਸੈਂਪਲ ਦਾ ਜੋ ਹੈ ਅਸੀਂ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਕੀ ਘਰਾਂ ਦੇ ਵਿੱਚ ਜਿਹੜਾ ਬਣਾਇਆ ਜਾ ਸਕਦਾ ਜੀ, ਇਸ ਤਰ੍ਹਾਂ ਕੋਈ ਕਮਰਸ਼ੀਅਲ ਚੀਜ਼ ਜਿਹੜੀ ਹੈ? ਸਰ ਜਿਹੜਾ ਇਹ ਸੈਪਰੇਟ ਡਿਪਾਰਟਮੈਂਟ ਹੈ ਜੀ, ਵੀ ਕੋਈ ਕਮਰਸ਼ੀਅਲ ਐਕਟੀਵਿਟੀ ਵਾਸਤੇ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਸੈਪਰੇਟ ਬਣਿਆ ਹੋਇਆ ਜੀ। ਸਾਡਾ ਜੋ ਵਰਕ ਹੈ ਅਸੀਂ ਹਾਈਜੀਨ ਅਤੇ ਕੁਆਲਿਟੀ ਦੇਖਣੀ ਹੁੰਦੀ। ਉਹ ਵੀ ਅਸੀਂ ਨੋਟਿੰਗ ਗਲਬਸ ਨਹੀਂ ਪਾਏ ਹੋਏ ਜੀ ਅਤੇ ਇਹਨਾਂ ਦੇ ਟੋਪਮੈਂਟ ਵੱਲੋਂ ਕੋਈ ਲਾਇਸੈਂਸ ਵਗੈਰਾ ਇਹਨਾਂ ਨੂੰ ਇਸ਼ੂ ਹੋਇਆ ਹੈ ਸਰ? ਅਸੀਂ ਚੈੱਕ ਕਰ ਰਹੇ ਹਾਂ ਜੀ। ਅੱਛਾ ਜੀ, ਇਹ ਪਾਣੀ ਵਗੈਰਾ ਦਾ ਸੈਂਪਲ ਵੀ ਲੈਣਾ ਹੁੰਦਾ ਜੀ ਇੱਥੋਂ, ਇਹਨਾਂ ਨੇ ਪਹਿਲਾਂ ਦਵਾਉਣਾ ਹੁੰਦਾ ਜੀ ਕੋਈ ਜਦੋਂ ਪਾਣੀ ਦਾ? ਜਿਹੜਾ ਪਬਲਿਕ ਹੈਲਥ ਵਾਲੇ ਦਿੰਦੇ ਸੈਂਪਲ? ਅੱਛਾ ਜੀ, ਨਹੀਂ ਇਹਨਾਂ ਨੇ ਲੈਣਾ ਹੁੰਦਾ ਨਾ ਪਹਿਲਾਂ ਬਣਾਉਣ ਤੋਂ ਪਹਿਲਾਂ ਇੱਥੇ, ਕਿਉਂਕਿ ਤੁਹਾਡੇ ਮਿਕਸ ਕਰਨਾ ਹੁੰਦਾ ਉਹ ਲਾਇਸੈਂਸ ਲੈਣ ਤੋਂ ਪਹਿਲਾਂ ਲੈਣਾ ਹੁੰਦਾ ਇਹਨਾਂ ਨੇ ਜੀ, ਪਬਲਿਕ ਹੈਲਥ ਵੱਲੋਂ ਲਿੱਤਾ ਜਾਂਦਾ ਉਹਦਾ ਜਿਹੜਾ ਸੈਂਪਲ ਹੁੰਦਾ ਜੀ। ਇਹਨਾਂ ਨੇ ਸਿਲੰਡਰ ਵੀ ਦੂਸਰੇ ਵਰਤੇ? ਸਿਲੰਡਰ ਵੀ ਸਰ ਜਿਹੜੇ ਸਪਲਾਈ, ਫੂਡ ਸਪਲਾਈ ਵਾਲੇ ਚੈੱਕ ਕਰਦੇ ਸਰ, ਸੈਪਰੇਟ ਮਹਿਕਮਾ ਜੀ। ਪਰ ਤੁਸੀਂ ਦੇਖੇ ਤਾਂ ਹੁਣ ਵੀ ਘਰੇਲੂ ਵਰਤੇ? ਸਰ ਮੈਂ ਹਜੇ ਧਿਆਨ ਨਹੀਂ ਦਿੱਤਾ, ਅਸੀਂ ਪ੍ਰੋਡਕਟ ਚੈੱਕ ਕਰ ਰਹੇ ਹਾਂ। ਠੀਕ ਹੈ। ਜੇਕਰ ਤੁਸੀਂ ਵੀ ਮੋਮੋਜ਼ ਜਾਂ ਸਪਰਿੰਗ ਰੋਲ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਬਚ ਕੇ, ਤੁਹਾਡੀ ਸਿਹਤ ਨਾਲ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸਿਹਤ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਉਸ ਜਗ੍ਹਾ ਤੇ ਜਿੱਥੇ ਮੋਮੋਜ਼ ਤੇ ਸਪਰਿੰਗ ਰੋਲ ਤਿਆਰ ਕੀਤੇ ਜਾਂਦੇ ਸੀ ਤਾਂ ਸਭ ਦੇ ਹੋਸ਼ ਉੱਡ ਗਏ। ਬਠਿੰਡਾ ਦੇ ਗੁਰੂ ਨਾਨਕ ਨਗਰ ਤੇਲੀਆਂ ਵਾਲਾ ਮੁਹੱਲਾ ਦੇ ਵਿੱਚ ਇਹ ਰੇਡ ਕੀਤੀ ਗਈ ਜਿੱਥੇ ਬੜੇ ਹੀ ਗੰਦੇ ਤਰੀਕੇ ਨਾਲ ਸਪਰਿੰਗ ਰੋਲ ਅਤੇ ਮੋਮੋਜ਼ ਬਣਾ ਕੇ ਰੱਖੇ ਹੋਏ ਸੀ। ਘਰ ਦੇ ਕਮਰੇ ਦੇ ਫਰਸ਼ ਤੇ ਹੀ ਮਿੱਟੀ ਪਈ ਸੀ ਤੇ ਗੰਦਗੀ ਸੀ। ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਸਾਰਾ ਖਾਣ ਵਾਲਾ ਸਮਾਨ ਸੀਲ ਕਰਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਸੈਂਪਲ ਭਰੇ ਗਏ। ਇਸ ਮੌਕੇ ਤੇ ਮੌਜੂਦ ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬੜੇ ਗੰਦੇ ਢੰਗ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਮੋਮੋਜ਼ ਸਪਰਿੰਗ ਰੋਲ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਸੈਂਪਲ ਉਹਨਾਂ ਦੇ ਵੱਲੋਂ ਲਏ ਗਏ ਨੇ ਔਰ ਇਹਨਾਂ ਦੇ ਖਿਲਾਫ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਘਰ ਦੇ ਵਿੱਚ ਕੰਮ ਕਰ ਰਹੀ ਹੈ ਜੀ, ਫੈਮਿਲੀ ਹੈ ਜੀ, ਇਹਦਾ ਹੈੱਡ ਹੈ ਦਲਬੀਰ, ਸਨ ਆਫ ਦਿਲ ਬਹਾਦਰ ਮੁਖੀਆ ਜੀ। ਇਹ ਮੋਮੋਜ਼ ਬਣਾ ਰਹੇ ਨੇ, ਸਪਰਿੰਗ ਰੋਲ ਬਣਾ ਰਹੇ ਨੇ ਅਤੇ ਅਸੀਂ ਦੋਨੋਂ ਦਾ ਸੈਂਪਲ ਲੈ ਰਹੇ ਹਾਂ, ਨਾਲ ਅਸੀਂ ਸੋਇਆ ਗ੍ਰੈਨਿਊਲਸ ਦੇ ਸੈਂਪਲ ਹੈ ਜੋ ਰਾ ਮਟੀਰੀਅਲ ਹੈ ਇਹਨਾਂ ਦੇ ਜੀ।
ਇੱਕ ਇਹ ਜਦੋਂ ਮੈਨੂਫੈਕਚਰਿੰਗ ਕਰ ਰਹੇ ਜੀ, ਇਹ ਅਨਹਾਈਜੀਨਿਕ ਕੰਡੀਸ਼ਨ 'ਚ ਕਰ ਰਹੇ ਨੇ, ਸਾਫ਼ ਸਫਾਈ ਨਹੀਂ ਹੈ ਇਹਨਾਂ ਦੀ, ਫਲੋਰ ਕੱਚਾ ਜੀ, ਜਾਲੇ ਲੱਗੇ ਹੋਏ ਨੇ, ਪਲਾਈ ਕੱਚ ਰਹੇ ਨੇ, ਉਹ ਅਸੀਂ ਸਾਰਾ ਰਿਕਾਰਡ 'ਚ ਲੈ ਲਿਆ ਜੀ, ਉਹਦਾ ਸੈਪਰੇਟ ਚਲਾਨ ਕੱਟਾਂਗੇ ਅਸੀਂ, ਅਤੇ ਸੈਂਪਲ ਦਾ ਜੋ ਹੈ ਅਸੀਂ ਰਿਪੋਰਟ ਆਉਣ ਤੋਂ ਬਾਅਦ ਬਣਨ ਦੀ ਕਾਰਵਾਈ ਕੀਤੀ ਜਾਵੇ। ਕੀ ਘਰਾਂ ਦੇ ਵਿੱਚ ਜਿਹੜਾ ਬਣਾਇਆ ਜਾ ਸਕਦਾ ਜੀ, ਇਸ ਤਰ੍ਹਾਂ ਕੋਈ ਕਮਰਸ਼ੀਅਲ ਚੀਜ਼ ਜਿਹੜੀ ਹੈ? ਹਾਂ ਸਰ, ਜਿਹੜਾ ਇਹ ਸੈਪਰੇਟ ਡਿਪਾਰਟਮੈਂਟ ਹੈ ਜੀ, ਵੀ ਕੋਈ ਕਮਰਸ਼ੀਅਲ ਐਕਟੀਵਿਟੀ ਵਾਸਤੇ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਸੈਪਰੇਟ ਬਣਿਆ ਹੋਇਆ ਜੀ। ਸਾਡਾ ਜੋ ਵਰਕ ਹੈ ਅਸੀਂ ਹਾਈਜੀਨ ਅਤੇ ਕੁਆਲਿਟੀ ਦੇਖਣੀ ਹੁੰਦੀ। ਹਾਂਜੀ ਹਾਂ, ਗਲਬ ਉਹ ਵੀ ਅਸੀਂ ਨੋਟਿੰਗ ਲਿਆ, ਗਲਬਸ ਨਹੀਂ ਪਾਏ ਹੋਏ ਜੀ, ਅਤੇ ਇਹਨਾਂ ਦੇ ਟੋਪੀ ਵੀ ਲਈ ਹੋਈ ਸੀ। ਡਿਪਾਰਟਮੈਂਟ ਵੱਲੋਂ ਕੋਈ ਲਾਇਸੈਂਸ ਵਗੈਰਾ ਇਹਨਾਂ ਨੂੰ ਇਸ਼ੂ ਹੋਇਆ ਹੈ ਸਰ? ਅਸੀਂ ਚੈੱਕ ਕਰ ਰਹੇ ਹਾਂ ਜੀ। ਅੱਛਾ ਜੀ, ਇਹ ਪਾਣੀ ਵਗੈਰਾ ਦਾ ਸੈਂਪਲ ਵੀ ਲੈਣਾ ਹੁੰਦਾ ਜੀ ਇੱਥੋਂ ਇਹਨਾਂ ਨੇ ਪਹਿਲਾਂ ਦਵਾਉਣਾ ਹੁੰਦਾ ਜੀ ਕੋਈ, ਜਦੋਂ ਪਾਣੀ ਦਾ ਜਿਹੜਾ ਪਬਲਿਕ ਹੈਲਥ ਵਾਲੇ ਦਿੰਦੇ ਸੈਂਪਲ? ਅੱਛਾ ਜੀ, ਨਹੀਂ ਇਹਨਾਂ ਨੇ ਲੈਣਾ ਹੁੰਦਾ ਨਾ ਪਹਿਲਾਂ ਬਣਾਉਣ ਤੋਂ ਪਹਿਲਾਂ ਇੱਥੇ, ਕਿਉਂਕਿ ਤੁਹਾਡੇ ਮਿਕਸ ਕਰਨਾ ਹੁੰਦਾ? ਉਹ ਲਾਇਸੈਂਸ ਲੈਣ ਤੋਂ ਪਹਿਲਾਂ ਲੈਣਾ ਹੁੰਦਾ ਇਹਨਾਂ ਨੇ ਜੀ, ਪਬਲਿਕ ਹੈਲਥ ਵੱਲੋਂ ਲਿੱਤਾ ਜਾਂਦਾ, ਉਹਦਾ ਜਿਹੜਾ ਸੈਂਪਲ ਹੁੰਦਾ ਜੀ। ਇਹਨਾਂ ਨੇ ਸਿਲੰਡਰ ਵੀ ਦੂਸਰੇ ਵਰਤੇ? ਸਿਲੰਡਰ ਵੀ ਸਰ ਜਿਹੜੇ ਸਪਲਾਈ, ਫੂਡ ਸਪਲਾਈ ਵਾਲੇ ਚੈੱਕ ਕਰਦੇ ਸਰ, ਸੈਪਰੇਟ ਮਹਿਕਮਾ ਜੀ। ਪਰ ਤੁਸੀਂ ਦੇਖੇ ਤਾਂ ਹੁਣੇ ਵੀ ਘਰੇਲੂ ਵਰਤੇ ਸਰ? ਮੈਂ ਹਜੇ ਧਿਆਨ ਨਹੀਂ ਦਿੱਤਾ, ਅਸੀਂ ਪ੍ਰੋਡਕਟ ਚੈੱਕ ਕਰ ਰਹੇ ਹਾਂ। ਠੀਕ ਹੈ।